ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾ ਰਹੇ ਹਾਂ ਜੀ ਜਿਹੜੀ ਕਿ ਆਪਾਂ ਸਰਦੀ ਦੀ ਇਹ ਖਰਾਕ ਬਣਾ ਕੇ ਰੱਖੀ ਹੋਈ ਹੈ ਜਿਹੜਾ ਕਿ ਕੋਈ ਵੀ ਇਹਨੂੰ ਵੀਰ ਭਰਾ ਭੈਣ ਕੋਈ ਵੀ ਬੱਚਾ ਇਹਨੂੰ ਇੱਕ ਚਮਚਾ ਰੋਜ਼ ਦੁੱਧ ਨਾਲ ਖਾਂਦਾ ਬੱਚੇ ਨੂੰ ਜਾਨੀ ਕਿ ਆਪਾਂ ਥੋੜੀ ਦੇਣੀ ਹੈ ਆਪਣਾ ਵੀਰ ਆ ਕੋਈ ਭੈਣ ਆ ਇਹਨੂੰ ਇੱਕ ਚਮਚਾ ਅਗਰ ਆਪਾਂ ਰੋਜ਼ਾਨਾ ਦੁੱਧ ਨਾਲ ਦਿੰਨੇ ਆ ਇਹਦੇ ਬਹੁਤ ਫਾਇਦੇ ਨੇ ਜੀ ਜੋੜਾਂ ਦਾ ਦਰਦ ਇਹ ਠੀਕ ਕਰੂਗੀ ਪ੍ਰਾਣਾ ਖਾਂਸੀ ਜ਼ੁਖਾਮ ਦਮਾ ਉਹਨੂੰ ਇਹ ਠੀਕ ਕਰੂਗੀ ਕੋਈ ਸਕਿਨ ਦੀ ਪ੍ਰੋਬਲਮ ਹੈ ਤੁਹਾਡੇ ਉਹਨੂੰ ਠੀਕ ਕਰੂਗੀ ਕੋਈ ਕਮਜ਼ੋਰੀ ਹੈ ਜੀ ਤੁਹਾਡੇ ਉਹਨੂੰ ਇਹ ਠੀਕ ਕਰਨਾ ਹੈਗਾ ਬਹੁਤ ਵਧੀਆ ਚੀਜ਼ ਬਣਾਈ ਹੈ ਜੀ ਜਿਹਨੂੰ ਕੀ ਆਪਾਂ ਚਟਣੀ ਵੀ ਕਹਿ ਸਕਦੇ ਆ ਤੇ ਤਾਕਤ ਦੀ ਖੁਰਾਕ ਵੀ ਕਹਿ ਸਕਦੇ ਆ ਜੀ ਬਹੁਤ ਵਧੀਆ ਜੀ ਦੇਸੀ ਜੜੀਆਂ ਬੂਟੀਆਂ ਨਾਲ ਇਹ ਤਿਆਰ ਕੀਤਾ ਹੋਇਆ ਜੀ ਆਪਾਂ ਤੇ ਇਹਨੂੰ ਮਤਲਬ ਕਿ ਇਹਦੇ ਰਿਜ਼ਲਟ ਜੋ ਵੀ ਸਾਡੇ ਕੋਲੋਂ ਇਹ ਲੈ ਕੇ ਜਾ ਰਿਹਾ ਉਹਨੂੰ ਰਿਜ਼ਲਟ ਇਹਦਾ ਬੈਸਟ ਆ ਰਿਹਾ ਜੀ ਦੁੱਧ ਨਾਲ ਲੈਣਾ ਹੁੰਦਾ ਰੋਜ਼ ਇਹ ਇਹਦੇ ਵਿੱਚ ਕਾਫੀ ਚੀਜ਼ਾਂ ਪਾਈਆਂ ਹੋਈਆਂ ਜਿਹੜੀਆਂ ਕਿ ਆਪਾਂ ਨਾਲ ਮੈਂਸ਼ਨ ਵੀ ਕਰ ਦੇਾਂਗੇ ਤੁਹਾਨੂੰ ਦੱਸ ਵੀ ਦੇਵਾਂਗੇ ਵੀ ਆਪਾਂ ਇਹਦੇ ਵਿੱਚ ਕੀ ਕੁਝ ਪਾਇਆ ਹੋਇਆ ਔਲੇ ਪਾਏ ਹੋਏ ਜੀ ਇਹਦੇ ਵਿੱਚ ਅਸ਼ਵਗੰਧਾ ਸਫੇਦ ਮੁਸਲੀ ਪੂਰਨਵਾ ਨਾ ਕੇਸਰ ਕਈ ਤਰ੍ਹਾਂ ਦੇ ਮਤਲਬ ਕਿ ਇਹਦੇ ਵਿੱਚ ਭਸਮਾ ਪਾਈਆਂ ਹੋਈਆਂ ਨੇ ਆਪਾਂ ਜਿਹੜੀਆਂ ਕਿ ਮੈਂ ਤੁਹਾਨੂੰ ਲਿਖ ਕੇ ਦੱਸ ਦਊਗੀ ਤੇ ਉਹ ਮਤਲਬ ਆਪਾਂ ਚੀਜ਼ਾਂ ਪਾ ਕੇ ਇਹਨੂੰ ਤਿਆਰ ਕੀਤਾ ਹੋਇਆ ਹੈਗਾ ਜਿਹੜਿਆ ਨੇ ਵੀ ਵੀਰਾਂ ਨੇ ਇਹਨੂੰ ਮੰਗਾਇਆ ਸੀ ਜਿਹੜੇ ਇਹਨਾਂ ਨੂੰ ਵਰਤੀ ਜਾਂਦੇ ਨੇ ਉਹਨਾਂ ਨੂੰ ਵੈਸਟ ਰਿਜ਼ਲਟ ਆ ਰਹੇ ਐ ਨੇ ਜੀ ਇਹ ਆਪਾਂ ਹਰ ਸਾਲ ਤਿਆਰ ਕਰਦੇ ਆ ਜੀ ਇਹ ਠੰਡ ਦੇ ਮੌਕੇ ਚ ਆ ਕੇ ਹਰ ਸਾਲ ਇਹਨੂੰ ਤਿਆਰ ਕਰੀਦਾ ਜੀ ਠੰਡ ਦੇ ਮੌਕੇ 'ਚ ਆ ਕੇ ਜਿਹੜੇ ਆ 2 ਮਹੀਨੇ ਆਪਣੇ ਕੋਲੇ ਹੁੰਦੇ ਆ ਜੀ ਪੋ ਮਾਗਦੇ ਉਦੋਂ ਆਪਾਂ ਖਾਣਾ ਖਾ ਸਕਦੇ ਆ ਇਹਨਾਂ ਮਹੀਨਿਆਂ ਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਖਾਣਾ ਖਾਓ ਤੁਹਾਡੇ ਉਨਾ ਹੀ ਸਰੀਰ ਚੱਲ ਲੈਂਦਾ ਗਰਮੀ ਦੇ ਵਿੱਚ ਆਪਣੇ ਤੋਂ ਖਾਣਾ ਨਹੀਂ ਖਾਦੀ ਜਾਂਦੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਈ ਵੀਰ ਭਰਾ ਕਹਿ ਦਿੰਦੇ ਆ ਵੀ ਆਪਾਂ ਠੰਡ ਦੇ ਵਿੱਚ ਅਗਰ ਕੋਈ ਗਰਮ ਚੀਜ਼ ਖਾ ਲਿਆ ਤਾਂ ਆਪਾਂ ਨੂੰ ਗਰਮੀ 'ਚ ਤੰਗ ਕਰਦੀ ਹੈ ਨਹੀਂ ਕਰਦੀ ਜੀ ਉਹ ਉਹਨੇ ਤਾਂ ਉਹ ਠੰਡ ਨੂੰ ਹੀ ਮਤਲਬ ਆ ਖਤਮ ਕਰ ਦੇਣਾ ਹੁੰਦਾ ਜੋ ਆਪਣੇ ਸਰੀਰ ਨੂੰ ਲੱਗਣੀ ਹੁੰਦੀ ਹੈ ਜੋ ਠੰਡ ਨਾਲ ਆਪਣੇ ਬਿਮਾਰੀਆਂ ਲੱਗਣੀਆਂ ਹੁੰਦੀਆਂ ਜੀ ਉਹਨੇ ਉਹਨੂੰ ਖਤਮ ਕਰਨਾ ਹੁੰਦਾ ਹੈ ਗਲੋ ਵਗੈਰਾ ਇਹਦੇ ਵਿੱਚ ਪਾਇਆ ਹੋਇਆ ਜਿਹੜਾ ਕੀ ਆਪਣੇ ਮਤਲਬ ਕਿ ਸਰੀਰ ਨੂੰ ਇਮਿਊਨਿਟੀ ਪਾਵਰ ਦਿੰਦਾ ਹੈਗਾ ਸਾਰੀਆਂ ਚੀਜ਼ਾਂ ਇਮਿਊਨਿਟੀ ਪਾਵਰ ਵਧਾਉਣ ਵਾਲੀਆਂ ਇਹਦੇ ਵਿੱਚ ਅਸੀਂ ਐਡ ਕੀਤੀਆਂ ਹੋਈਆਂ ਨੇ ਜੀ ਵਧੀਆ-ਵਧੀਆ ਇਹਦੇ ਵਿੱਚ ਭਸ਼ਮਾ ਤਿਆਰ ਕੀਤੇ ਕਰਕੇ ਪਾਈਆਂ ਹੋਈਆਂ ਨੇ ਜੀ ਤੇ ਵਧੀਆ-ਵਧੀਆ ਇਹਦੇ ਚ ਆਟਮਾ ਪਾਈਆਂ ਅਗਰ ਤੁਸੀਂ ਵੀ ਕੁਝ ਕੋਈ ਵੀਰ ਭਰਾ ਕੋਈ ਮਤਲਬ ਭੈਣ ਕੋਈ ਵੀਰ ਮੇਰਾ ਇਹ ਮੰਗਵਾਉਣ ਦਾ ਚਾਹਵਾਨ ਹੋਵੇ ਕਿਸੇ ਨੇ ਘਰੇ ਬੈਠਾ ਮੰਗਵਾਉਣਾ ਹੋਵੇ ਬਹੁਤ ਹੀ ਕਮ ਰੇਟ ਇਹਨਾਂ ਦਾ ਰੱਖਿਆ ਹੋਇਆ ਜੀ ਆਪਾਂ ਕਿਉਂਕਿ ਆਪਾਂ ਇਕੱਠਾ ਤਿਆਰ ਕਰਦੇ ਆ ਫਿਰ ਆਪਾਂ ਨੂੰ ਮਤਲਬ ਉਹਦੇ ਵਿੱਚ ਖਰਚਾ ਥੋੜਾ ਜਿਹਾ ਘੱਟ ਪੈ ਜਾਂਦਾ ਹੈਗਾ ਅਸੀਂ ਓਨੇ ਕੀ ਸੁਵਿਧਾ ਅਸੀਂ ਅੱਗੇ ਆਪਣੇ ਪੇਸ਼ੈਂਟ ਨੂੰ ਦੇ ਦਿੰਨੇ ਹੈਗੇ ਆ ਬਹੁਤ ਕਮ ਰੇਟ ਦਾ ਜੀ ਇਹ ਮਹੀਨੇ ਦੀ ਖਰਾਕ ਪੈ ਜਾਂਦੀ ਹੈ ਜੀ ਇਹਦੇ ਵਿੱਚ ਇੱਕ ਡੱਬੇ ਦੇ ਵਿੱਚ ਜਾਨੀ ਕਿ ਕਿਲੋ ਬਣ ਜਾਂਦਾ ਅਸੀਂ ਪੈਕ ਕਰਕੇ ਰੱਖ ਰੱਖੇ ਨੇ ਜੀ ਇਹ ਅਗਰ ਕਿਸੇ ਵੀਰ ਭਰਾ ਨੇ ਮੰਗਵਾਉਣਾ ਹੋਵੇ ਮੰਗਵਾ ਸਕਦਾ ਜੀ ਘਰੇ ਬੈਠਾ ਨੰਬਰ ਮੇਰੀ ਵੀਡੀਓ ਤੇ ਚੱਲ ਰਿਹਾ ਹੁੰਦਾ ਤੁਸੀਂ ਉਹ ਤੇ ਆਰਡਰ ਕਰ ਸਕਦੇ ਹੋ ਤਿੰਨ ਚਾਰ ਦਿਨਾਂ ਦੇ ਵਿੱਚ ਤੁਹਾਨੂੰ ਘਰੇ ਮਿਲ ਜੂਗਾ ਜੀ ਇਹ ਕੋਰੀਅਰ ਰਾਹੀਂ ਅਸੀਂ ਭੇਜ ਦਿੰਨੇ ਆ ਕਿਤੇ ਵੀ ਬੈਠੇ ਹੋ ਤੁਸੀਂ ਅਦਰ ਕੰਟਰੀੋਂ ਪੰਜਾਬ ਹਰਿਆਣਾ ਰਾਜਸਥਾਨ ਕਿਤੇ ਵੀ ਤੁਸੀਂ ਬੈਠੇ ਹੋ ਕਿਤੇ ਵੀ ਬੈਠੇ ਤੁਸੀਂ ਇਹਨੂੰ ਮੰਗਵਾ ਸਕਦੇ ਹੋ ਜੀ ਤੇ ਬਹੁਤ ਵੈਸਟ ਰਿਜ਼ਲਟ ਹੈ ਜੀ ਬਾਕੀ ਥੋ ਸਾਡੀ ਦਵਾਈ ਤੁਹਾਨੂੰ ਅੰਦਰ ਜਾ ਕੇ ਦੱਸੂਗੀ ਵੀ ਹਾਂ ਮੈਂ ਅੰਦਰ ਹੈਗੀ ਤਾਕਤ ਕਰੂਗੀ ਜਾਨ ਪਾਊਗੀ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਸਾਡੇ ਦੱਸਣ ਦੀ ਲੋੜ ਨਹੀਂਗੀ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਚੀਜ਼ ਸਾਡੀ ਪਸੰਦ ਆਊਗੀ ਤੇ ਤੁਸੀਂ ਇਹਨੂੰ ਮੰਗਵਾ ਕੇ ਖਾਓਗੇ ਵੀ ਤੇ ਤੁਸੀਂ ਇਹਨੂੰ ਲਾਈਕ ਵੀ ਕਰੋਗੇ ਤੇ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰ ਵੀ ਬੀੜਾ ਭੈਣਾਂ ਨੂੰ ਪਤਾ ਲੱਗ ਜੇ ਤੇ ਉਹ ਵੀ ਇਹਨੂੰ ਮੰਗਵਾ ਸਕਣ ਤੇ ਠੰਡ ਦੇ ਵਿੱਚ ਇਸ ਖੁਰਾਕ ਦਾ ਲਾਹਾ ਖਟ ਸਕਣ ਤੇ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਸਤਰੀਕਾਲ ਧੰਨਵਾਦ